ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਐਕਸਪਰਟ ਯਾਤਰੀ ਅਤੇ ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਚੰਡੀਗੜ੍ਹ। ਵੈਸੇ ਚੰਡੀਗੜ੍ਹ ਜਾਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਹੈਗੀ, ਪਰ ਇਹ ਹੈ ਕਿ ਜਦੋਂ 10-12 ਦਿਨ ਘਰ ਰਹਿਣ ਤੋਂ ਬਾਅਦ 'ਚ ਚੰਡੀਗੜ੍ਹ ਜਾਈਏ ਅਤੇ ਉੱਤੋਂ ਪਤਾ ਲੱਗੇ ਵੀ ਠੰਡ ਪੂਰੇ ਤਰੀਕੇ ਨਾਲ ਜਿਹੜੀ ਹੈ ਉਹ ਲੈ ਪਈ ਹੈ ਅਤੇ ਠੰਡ ਨਾਲ ਬੁਰਾ ਹਾਲ ਹੋ ਜਾਂਦਾ, ਕਿਉਂਕਿ ਪਹਿਲਾਂ ਤਾਂ ਸਾਡੇ ਫਲੈਟ 'ਚ ਅਸੀਂ 5-6 ਜਣੇ ਰਹਿੰਦੇ ਹਾਂ ਅਤੇ ਪਹਿਲਾਂ ਤਾਂ ਕੰਬਲਾਂ ਨਾਲ ਇੱਕ ਦੂਜੇ 'ਚ ਘੁਸ ਕੇ ਸੌਂ ਜਾਈਦਾ ਸੀਗਾ, ਪਰ ਹੁਣ ਮੈਨੂੰ ਲੱਗਦਾ ਵੀ ਕੰਬਲ ਵਾਲਾ ਕੰਮ ਲੋਡ ਨਹੀਂ ਆਉਣਾ ਅਤੇ ਇਸ ਕਰਕੇ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਰਜਾਈਆਂ ਰਜੂਈਆਂ ਆਪਾਂ ਸਾਰੀਆਂ ਐਰਕੀ ਨਾਲ ਰੱਖ ਕੇ ਲੈ ਕੇ ਚੱਲੇ ਹਾਂ। ਅਤੇ ਇਹ ਵਲੋਗ ਬਣਾਉਣ ਦਾ ਮੇਰਾ ਮਤਲਬ ਇਹ ਹੈ ਕਿ ਕਿਤੇ ਬੇਸਿਕਲੀ ਜਿਹੜਾ ਮੇਰਾ ਫਿਲਮਾਂ ਦਾ ਕੰਮ ਹੈ ਉਹ ਪੂਰੇ ਤਰੀਕੇ ਨਾਲ ਸ਼ੁਰੂ ਹੋ ਚੁੱਕਿਆ, ਜਿਹਦੇ ਕਰਕੇ ਹੁਣ ਜਿਹੜੇ ਬਾਕੀ ਦੇ ਵਲੋਗਸ ਦੇ ਲਈ ਟੂਰ ਕੱਢਣੇ ਬਹੁਤ ਔਖੇ ਹੋ ਰਹੇ ਨੇਗੇ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਕੰਟੈਂਟ, ਯੂਟਿਊਬ ਕਹਿੰਦਾ ਵੀ ਮੈਨੂੰ ਕੰਟੈਂਟ ਚਾਹੀਦਾ ਅਤੇ ਮੈਂ ਯੂਟਿਊਬ ਨੂੰ ਕਹਿੰਦਾ ਕਿ ਮੈਨੂੰ ਸਫ਼ਰ ਚਾਹੀਦਾ। ਸੋ ਹੁਣ ਜਿੰਨੇ ਵੀ ਛੋਟੇ ਮੋਟੇ ਸਫ਼ਰ ਇੱਦਾਂ ਨਿਕਲਦੇ ਆ ਪਿੰਡੋਂ ਚੰਡੀਗੜ੍ਹ ਜਾਂ ਚੰਡੀਗੜ੍ਹ ਦੇ ਜਿਹੜੇ ਕੰਮਕਾਰ ਜਾਂ ਹੋਰ ਵੀ ਕਿਤੇ ਨੇੜੇ ਤੇੜੇ ਕਿਤੇ ਵੀ ਜਾਣਾ ਹੋਊਗਾ ਤਾਂ ਜ਼ਰੂਰ ਮੈਂ ਟਰਾਈ ਕਰਿਆ ਕਰੂੰਗਾ ਕਿ ਉਹਨਾਂ ਦੇ ਜਿਹੜੇ ਵਲੋਗ ਆ ਉਹ ਤੁਹਾਡੇ ਲਈ ਬਣਾਵਾਂ। ਸੋ ਜੇ ਤੁਹਾਨੂੰ ਪਸੰਦ ਆਉਣਗੇ ਤਾਂ ਅੱਗੇ ਫਿਰ ਆਪਾਂ ਹੋਰ ਚੀਜ਼ਾਂ ਨਵੀਆਂ ਨਵੀਆਂ ਟਰਾਈ ਕਰਾਂਗੇ। ਸੋ ਹੁਣ ਆਪਾਂ ਚੱਲਦੇ ਹਾਂ, ਜਾ ਰਹੇ ਹਾਂ ਚੰਡੀਗੜ੍ਹ ਨੂੰ ਅਤੇ ਮੈਨੂੰ ਲੱਗਦਾ ਮੈਂ ਬਨੂੜ ਦੇ ਲਾਗੇ ਪਹੁੰਚ ਗਿਆ। ਹਾਂ, ਬਨੂੜ 'ਚ ਆ ਕੇ ਮੇਰਾ ਇੱਕ ਪੰਜਾਬ ਕੈਫੇ ਆ, ਕਦੇ ਸੁਣਦੇ ਸੀਗੇ ਕਿ ਪੂਰੇ ਪੰਜਾਬ 'ਚ ਇੱਥੋਂ ਦੀ ਜਿਹੜੀ ਲੱਸੀ ਸੀਗੀ ਉਹ ਫੇਮਸ ਸੀਗੀ, ਬਿਕੋਜ਼ ਇੱਥੇ ਤੁਹਾਨੂੰ ਜਿੰਨੇ ਵੀ ਫਲੇਵਰ ਤੁਸੀਂ ਮਤਲਬ ਗਿਣਦੇ ਮੁੱਕ ਜਾਓਗੇ, ਮੈਂਗੋ ਲੱਸੀ, ਸਟ੍ਰੋਬਰੀ ਲੱਸੀ, ਇਹ ਲੱਸੀ, ਉਹ ਲੱਸੀ, ਮੇਰੀ ਸਟ੍ਰੋਬਰੀ ਲੱਸੀ ਇਹਨਾਂ ਦੀ ਫੇਵਰੇਟ ਆ। ਅਤੇ ਮੈਂ ਉੱਥੇ ਇੱਕ ਸਟੋਪ ਲਊਂਗਾ ਅਤੇ ਉਸ ਤੋਂ ਬਾਅਦ ਕੰਟੀਨਿਊ ਕਰੂੰਗਾ ਆਪਣੇ ਫਲੈਟ ਵੱਲ, ਕਿਉਂਕਿ ਮੈਨੂੰ ਸ਼ਾਮ ਨੂੰ ਮੇਰੀਆਂ 2 ਮੀਟਿੰਗਸ ਨੇਗੀਆਂ। ਚਲੋ ਉਹ ਛੱਡੋ, ਉਹ ਬਾਅਦ ਦੀਆਂ ਮੇਰੇ ਕੰਮ ਦੀਆਂ ਗੱਲਾਂ ਲੈਣਾ ਨੇਗੀਆਂ, ਫਿਲਹਾਲ ਆਪਾਂ ਆਉਂਦੇ ਹਾਂ ਲੱਸੀ 'ਤੇ। ਸੋ ਪੰਜਾਬ ਕੈਫੇ ਦੀ ਲੱਸੀ ਦੇ ਲਈ ਮੈਂ ਰੁਕਦਾ ਅਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਕਿ ਲੱਸੀ ਮੈਨੂੰ ਕਿੱਦਾਂ ਲੱਗਦੀ ਆ। ਸੋਰੀ, ਮੈਂ ਇਹਦਾ ਨਾਮ ਦਾ ਪੰਜਾਬ ਕੈਫੇ ਲੈ ਗਿਆ ਸੀਗਾ। ਇਹਦਾ ਪੂਰਾ ਨਾਮ ਹੈਗਾ ਹੋਟਲ ਗ੍ਰੈਂਡ ਪੰਜਾਬ, ਹੋਟਲ ਗ੍ਰੈਂਡ ਪੰਜਾਬ ਰੈਸਟੋਰੈਂਟ, ਲੱਸੀ ਕੈਫੇ, ਪਾਰਟੀ ਹਾਲ, ਬੇਕਰੀ, ਏ ਸੀ ਰੂਮ। ਮੈਨੂੰ ਹੁਣ ਪਤਾ ਲੱਗਿਆ ਵੀ ਇੱਥੇ ਰੂਮਸ ਵੀ ਮਿਲਦੇ ਆ। ਮੈਨੂੰ ਘੱਟੋ ਘੱਟ ਮੈਨੂੰ ਲੱਗਦਾ ਕਿ 5 ਤੋਂ 10 ਸਾਲ ਦੇ ਵਾਂਗੂ ਹੋ ਗਏ ਮਤਲਬ ਚੰਡੀਗੜ੍ਹ ਰਹਿੰਦਿਆਂ ਨੂੰ, ਅਤੇ ਉਹਨਾਂ 5-10 ਸਾਲਾਂ 'ਚ ਬਹੁਤ ਘੱਟ ਚਾਂਸ ਹੋਣਗੇ ਕਿ ਮੈਂ ਇੱਥੋਂ ਰੁਕੇ ਬਿਨਾਂ ਲੰਘਿਆ ਹੋਵਾਂ, ਖਾਸ ਕਰਕੇ ਜਦੋਂ ਮੈਂ ਪਿੰਡੋਂ ਚੰਡੀਗੜ੍ਹ ਨੂੰ ਜਾ ਰਿਹਾ ਹੋਵਾਂ ਤਾਂ ਇਹ ਜਿਹੜਾ ਬਨੂੜ ਦਾ ਜਿਹੜਾ ਬ੍ਰਿਜ ਆ ਉਹਦੇ ਬਿਲਕੁਲ ਨੀਚੇ ਪੈਂਦਾ। ਵਧੀਆ ਇਹਦੀ ਪਾਰਕਿੰਗ ਦੇ ਲਈ ਵੀ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਆ। ਬਾਕੀ ਤੁਸੀਂ ਦੇਖੋ, ਇਹ ਇਹਨਾਂ ਦੀ ਲੱਸੀ, ਇੱਥੇ ਤੁਹਾਨੂੰ ਹਰ ਇੱਕ ਫਲੇਵਰ ਦੀ ਲੱਸੀ ਜਿਹੜੀ ਹੈਗੀ ਉਹ ਮਿਲੂਗੀ। ਸੋ ਇਹ ਆ ਗਈ ਮੇਰੀ ਸਟ੍ਰੋਬਰੀ ਲੱਸੀ ਅਤੇ ਮੈਂ ਹੁਣ ਆਪਣੀ ਲੱਸੀ ਨੂੰ ਇੰਜੋਏ ਕਰਦਾ ਅਤੇ ਮੈਂ ਰੁਕ ਕੇ ਪੀਊਂਗਾ, ਕਿਉਂਕਿ ਡਰਾਈਵ ਕਰਦਾ ਹੋਇਆ ਮੈਨੂੰ ਲੱਗਦਾ ਕਿ ਕੰਮ ਖਤਰਨਾਕ ਹੋ ਜਾਣਾ। ਸੋ ਮੈਂ ਆਪਣੀ ਲੱਸੀ ਇੰਜੋਏ ਕਰਦਾ ਅਤੇ ਤੁਹਾਨੂੰ ਫਲੈਟ ਜਾ ਕੇ ਫਿਰ ਮੈਂ ਕੰਟੀਨਿਊ ਕਰਦਾ। ਥੈਂਕ ਯੂ। ਸੋ ਲੱਸੀ ਮੈਂ ਅੱਧੀ ਪੀ ਲਈ, ਮੇਰੀ ਅੱਧੀ ਲੱਸੀ ਜਿਹੜੀ ਹੈਗੀ ਉਹ ਹਲੇ ਪੈਂਡਿੰਗ ਆ। ਜਿੱਦਾਂ ਮੈਂ ਤੁਹਾਨੂੰ ਇਸ ਕੈਫੇ ਬਾਰੇ ਅੱਜ ਪਹਿਲੀ ਵਾਰੀ ਦੱਸ ਰਿਹਾ ਤਾਂ ਮੈਨੂੰ ਵੀ ਇਸ ਕੈਫੇ ਬਾਰੇ ਹਰਕੀਰਤ ਵੀਰੇ ਨੇ ਹਰਕੀਰਤ ਵੀਰੇ ਉਹਨਾਂ ਨੇ ਮੇਰੇ ਵੀਰ ਜੀ ਨੇ ਉਹਨਾਂ ਨੇ ਮੈਨੂੰ ਪਹਿਲੀ ਵਾਰੀ ਇਹਦੇ ਬਾਰੇ ਦੱਸਿਆ ਸੀਗਾ। ਸੋ ਜਦੋਂ ਦਾ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਨੂੰ ਇਹ ਲੱਗਦਾ ਕਿ ਉਹਨਾਂ ਨੇ ਮੇਰਾ ਇੱਕ ਖਰਚਾ ਹੋਰ ਵਧਾ ਤਾ ਅਤੇ ਮੈਂ ਇੱਥੋਂ ਲੱਸੀ ਪੀਤੇ ਬਿਨਾਂ ਕਦੇ ਨਹੀਂ ਲੰਘਦਾ ਹੈਗਾ। ਬਹੁਤ ਰੇਅਰ ਚਾਂਸ ਹੁੰਦੇ ਆ ਕਿ ਕਈ ਵਾਰ ਬੰਦਾ ਬਿਜ਼ੀ ਆ ਤਾਂ ਚਲੋ ਨਿਕਲ ਜਾਂਦਾ, ਪਰ ਕਦੇ ਤੁਸੀਂ ਵੀ ਆਏ ਬਨੂੜ ਵੱਲ ਤਾਂ ਜ਼ਰੂਰ ਟਰਾਈ ਕਰਿਓ ਦਾ ਗ੍ਰੈਂਡ ਪੰਜਾਬ ਕੈਫੇ, ਦਾ ਲੱਸੀ ਕੈਫੇ ਦੇ ਨਾਂ ਨਾਲ ਵੀ ਇਹਨੂੰ ਜਾਣਿਆ ਜਾਂਦਾ। ਬਹੁਤ ਘੈਂਟ ਹੁੰਦੀ ਲੱਸੀ ਆ ਜਿਹੜੀ। ਇਹਨਾਂ ਦਾ ਕੋਈ ਵੀ ਫਲੇਵਰ ਤੁਸੀਂ ਪੀਓਗੇ, ਚਾਹੇ ਤੁਸੀਂ ਮੈਂਗੋ ਪੀਓ, ਚਾਹੇ ਸਟ੍ਰੋਬਰੀ ਪੀਓ, ਹੋਰ ਵੀ ਬਹੁਤ ਸਾਰੇ ਆ। ਇਹਨਾਂ ਦਾ ਕੋਈ ਵੀ ਫਲੇਵਰ ਤੁਸੀਂ ਪੀਓਗੇ, ਚਾਹੇ ਤੁਸੀਂ ਮੈਂਗੋ ਪੀਓ, ਚਾਹੇ ਤੁਸੀਂ ਸਟ੍ਰੋਬਰੀ ਪੀਓ, ਕੋਈ ਵੀ ਪੀਓ, ਹੋਰ ਵੀ ਬਹੁਤ ਸਾਰੇ ਫਲੇਵਰ ਦਾ। ਅਤੇ ਹਰ ਫਲੇਵਰ 'ਚੋਂ ਤੁਹਾਨੂੰ ਨਾ ਜਿਹੜੇ ਜਿੱਦਾਂ ਸਟ੍ਰੋਬਰੀ ਮੈਂ ਪੀ ਰਿਹਾ ਤਾਂ ਬਿਲਕੁਲ ਓਰਿਜਨਲ ਸਟ੍ਰੋਬਰੀਜ਼ ਜਿਹੜੀਆਂ ਹੁੰਦੀਆਂ ਨੇ। ਇੱਕ ਤਾਂ ਲੋਕ ਜਿਹੜਾ ਤੁਹਾਨੂੰ ਦਿੰਦੇ ਆ ਬਹੁਤ ਸਾਰੀਆਂ ਚੀਜ਼ਾਂ ਦਾ ਫਲੇਵਰ ਪਾ ਕੇ ਦਿੰਦੇ ਆ, ਪਰ ਇਹਦੇ 'ਚ
ओरिजिनल स्ट्रॉबेरीज नू भी इन्होंने पाया होंदा ते तुहानू उहदा फील जिहड़ा हैगा उह बहुत प्यारा आउणा ते एदो घैंट लस्सी मैं तां किते नहीं पीती तुसीं वी इक वारी जरूर ट्राई करियो ते बाकी गल्लां करदे आं इक वारी चंडीगढ़ पहुँच के शुक्रिया हाँ जी बबू वीरे हाँ जी वीरे फड़ाता सीगा किनू फड़ाता उत्थे कोई कुड़ी खड़ी सीगी उपर बब्बू ने एक दिन मेनू साग लिया दिता सी जो मैं 25 दिन लगातार घर नहीं जा सकिया तो शूट ते रहा बिकॉज जो पिंड असी तो खास करके जोड़े मानसा वाले हाँ वो साग तो बिना नहीं सार सकते तो बब्बू उदो घर गई हुई थी बेचारी ने मैं साग का पूरा लिया के दी ढोली भर के तो हूँ मैं उन्होंने फड़ा के आया अज मम्मी कहते होंगे भी कुछ भी खाली नहीं मुड़ी हों फिर मैं भी साग ही दे के आया सो तुम देख सकते हो भी मास्क पै चुके ने तो इतों अंदाजा लाया जा सकता कि असी मोहाली पहुँच गए मोहाली तो फिर भी इन्ना क मास्क या थले चल थले करके काम चल जाता जो बंदा चंडीगढ़ वालों एंटर हों तो तुरे फिरते बंदे का ही 500 का चलान कट देंगे ने मेरा एक दिन किसी बंद ने 500 का चलान कटाया सी पर मैं ना नहीं दसना था फाइनली हम आप पहुँच गए तो जा रहे हैं फ्लैट वालू वैसे वधिया ये शहर मैं वधिया लगता क्योंकि इन्हें जिंदगी दे बहुत सारे रंग दिखाए है बहुत बिजनेस वाइज अपने आप नूं इत्थे रह के बहुत वड्डा कीता महाराज की कृपा रही है शहर पूरे चंगे तरीके नाल रास आया पर कि पिंड पिंड ही हुंदे आ इत्थे आके असीं ब्लॉकां वाले बन जाने फ्लैट के नंबर तो जाने जाने पिंड असीं लाने वाले हुंदे आ ना ਸਾਨੂੰ ਸਾਡੇ ਦਾਦਿਆਂ ਪੜਦਾਦਿਆਂ ਦੇ ਨਾਂ ਤੋਂ ਇੱਕ ਪਛਾਣ ਮਿਲਦੀ ਹੈ ਕਿ ਯਾਰ ਉਹਨਾਂ ਦੇ ਘਰ ਜਾਣਾ ਉਹ ਫਲਾਨਿਆਂ ਦਾ ਲਾਡੀ ਚੀਮਿਆਂ ਦਾ ਲਾਡੀ ਜਾਂ ਇੱਦਾਂ ਦੇ ਸਾਡੇ ਮਤਲਬ ਉੱਥੇ ਸਾਡੇ ਬਲੋਕ ਨੰਬਰ ਨਹੀਂ ਹੁੰਦੇ ਉੱਥੇ ਸਾਡੇ ਫਲੈਟ ਨੰਬਰ ਨਹੀਂ ਹੁੰਦੇ ਉੱਥੇ ਸਾਡੇ ਦਾਦੇ ਪੜਦਾਦੇ ਹੀ ਸਾਡਾ ਸਰਮਾਇਆ ਹੁੰਦੇ ਆ ਵੀ ਜਦੋਂ ਕੋਈ ਸਾਡੇ ਘਰ ਆਉਂਦਾ ਹੈ ਨਾ ਕਿਸੇ ਨੂੰ ਵੀ ਲੋਕ ਆਰਾਮ ਨਾਲ ਪੁੱਛ ਲੈਂਦੇ ਆ ਅਤੇ ਇੱਥੇ ਵਿਚਾਰਾ ਜਦੋਂ ਕੋਈ ਪਹਿਲੀ ਵਾਰੀ ਆਉਂਦਾ ਬੜਾ ਖੱਜਲ ਹੁੰਦਾ फ्लैट लभन के चक्कर च ब्लॉक लभन के चक्कर च पर खैर ये भी एक जिंदगी है कि पिंडा दे खुल्या वेहड़िया चो आके कुकड़ा अर्गे मेरे मम्मी कहते होंगे कि कुकड़ा अर्गे खुडा च रहने तुम इतने ये साडा नहीं दिल लगता तो सच्ची उन्होंने इतने दिल लगता भी नहीं है भी पिंडा दे ही एडे वे वेहड़िया चो आके तो इतने कुकड़ा के खुडा च आके रहने पर यह भी एक जिंदगी का पार्ट आ जोड़ा सूँ जाना चाहिए जोड़ा सूँ देखना चाहिए पर असीं अपनियां जड़ां नाल जुड़े रहिए ये ज़्यादा जरूरी है सो हुण आपां पहुँच गए चंडीगढ़ ते तो बाद हुण चलते हैं फ्लैट वल नूं लो जी मास्क आपां लाता क्योंकि इत्थों बाद पुलिस का डर जिहड़ा वो खत्म हो जाता मैनूं लगता मास्क उन्ने लोगों ने करोने वाले चक्कर च नहीं पाए है जिन्ने पंजाब पुलिस के डर तो ही पा के रखते हैं कल्ले हुईए भावें दो जने हुई जिदा भी हुई बंदा पुलिस को देख के वैसे ही मास्क चढ़ा लगता हूँ तो वैसे पुलिस आप ही पाना है नहीं तो सियाने हो गए मैं लगता पुलिस वाले बेचारे ये तो ठीक ही लगता भी हम माहौल करने वाला था लो जी अभी अपने कर गए एंटर तो बाद शुरू हो जाना साडा घर आना फोन किया अपने बंद फ्लैट च कोई भी नहीं है समान बहुत है तो उस चक्कर च बहुत चक्कर लगन गए बैग लैके जाने है रजाई लैके जानी है सब तो वड्डी गल कि आटे वाला गट्टा लैके जाना क्योंकि कणक साडी पिंड ही आती है नो फार्मर नो फूड
ਦੇਖਣਾ ਹੈ ਵੀ ਕਿਹੜੀ ਕਿਹੜੀ ਚੀਜ਼ ਲਿਜਾ ਸਕਦੇ ਹਾਂ ਅਤੇ ਕਿਹੜੀ ਕਿਹੜੀ ਨਹੀਂ ਲਿਜਾ ਸਕਦੇ। ਓ ਮਾਈ ਗੋਡ, ਚੱਕਰ ਜਿਹੜਾ ਮੈਨੂੰ ਲੱਗਦਾ ਵੀ ਕਈ ਚੱਕਰ ਲੱਗਣੇ ਆ। ਸੋ ਸਟਾਰਟਿੰਗ ਆਪਾਂ ਕਰਦੇ ਹਾਂ ਬੈਡ ਤੋਂ। ਫਿਲਹਾਲ ਇਸ ਚੱਕਰ 'ਚ ਸਿਰਫ ਦੋ ਬੈਗ ਹੀ ਜਾਣਗੇ, ਬਾਕੀ ਅਗਲੇ ਚੱਕਰ 'ਚ ਹੌਲੀ ਹੌਲੀ ਸਾਰਾ ਸਮਾਨ ਲੈ ਜਾਂਦੇ ਹਾਂ। ਬੈਗ ਆਪਾਂ ਚੱਕ ਲਏ ਦੋਨੋਂ ਅਤੇ ਬਾਕੀ ਦਾ ਸਮਾਨ ਸਾਰਾ ਜਦੋਂ ਜਨਤਾ ਆਊਗੀ ਬਾਕੀ ਫਿਰ ਚੱਕ ਕੇ ਲੈ ਕੇ ਜਾਵਾਂਗੇ। ਸੋ ਤਦ ਤੱਕ ਲਈ ਪਲੀਜ਼ ਤੁਸੀਂ ਦੇਖਦੇ ਰਹੋ ਐਕਸਪਰਟ ਯਾਤਰੀ, ਅਤੇ ਮੈਂ ਬਹੁਤ ਲੰਬਾ ਸਫ਼ਰ ਕਰਕੇ ਆਇਆ ਅਤੇ ਥੋੜ੍ਹੀ ਰੈਸਟ ਕਰੂੰਗਾ। ਸੋ ਅਗਲੇ ਵਲੋਗ ਨਾਲ ਜਲਦੀ ਮਿਲਦੇ ਹਾਂ, ਧੰਨਵਾਦ।